ਸੀਕਰਟ ਇਨਫੋਰਮੇਸ਼ਨ ਮਿਲੀ ਸੀ ਸਾਨੂੰ CA ਸਟਾਫ ਨੂੰ ਕਿ ਇਹਦੇ 'ਚ ਕੋਈ ਖਾਨੇ ਦੇ ਮੁੰਡੇ ਹੈਗੇ ਆ, ਤਿੰਨ ਮੁੰਡੇ ਆ ਜਿਹੜਾ ਕਿ ਨਜਾਇਜ਼ ਅਸਲਾ ਲੈ ਕੇ ਘੁੰਮਦੇ ਪਏ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ। ਨਾਕੇ ਦੇ ਦੌਰਾਨ ਜਦੋਂ ਇੱਕ ਜਿਹੜੀ ਗੱਡੀ ਸੀ ਬਰੀਜ਼ਾ ਗੱਡੀ, ਉਹ ਮੰਡੀ ਗੋਬਿੰਦਗੜ੍ਹ ਵੱਲੋਂ ਆ ਰਹੀ ਸੀਗੀ ਅਤੇ ਉਹਨੂੰ ਹੱਥ ਦਿੱਤਾ ਗਿਆ। ਹੱਥ ਦੇਖ ਕੇ ਜਦੋਂ ਚੈਕਿੰਗ ਕੀਤੀ ਗਈ, ਉਹ 'ਚੋਂ ਦੋ ਬੰਦੇ ਜਿਹੜੇ ਆਲਰੇਡੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਹਨਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਹਨਾਂ ਕੋਲ ਦੋ ਪਿਸਟਲ ਸਾਨੂੰ ਰਿਕਵਰ ਹੋਏ। ਆਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਕਿਸੇ UP ਦਾ ਇੱਕ ਬੰਦਾ ਹੈਗਾ ਜਿੱਥੋਂ ਇਹਨਾਂ ਨੇ ਖਰੀਦੇ ਸੀ ਕੁਛ ਸਾਲ ਪਹਿਲਾਂ। ਉਹਦੇ ਵਿੱਚ ਤਕਰੀਬਨ ਆਹ 6 ਵੈਪਨ ਲੈ ਕੇ ਆਏ ਸੀਗੇ ਜਿਹੜੇ ਕਿ 2018 'ਤੇ ਦੋਨਾਂ 'ਤੇ ਇੱਕ ਇੱਕ ਮੁਕੱਦਮਾ ਦਰਜ ਹੋਇਆ ਹੋਇਆ, ਜਿਸ 'ਚ ਇਹਨਾਂ ਤੋਂ ਨਜਾਇਜ਼ ਅਸਲਾ ਪਹਿਲਾਂ ਵੀ ਫੜਿਆ ਗਿਆ ਸੀ। ਅਸੀਂ ਆਪਣੇ ਸੀਕਰਟ ਇਨਫੋਰਮੇਸ਼ਨ ਮਿਲੀ ਸੀ ਸਾਨੂੰ CA ਸਟਾਫ ਨੂੰ ਕਿ ਇਹਦੇ 'ਚ ਕੋਈ ਖਾਨੇ ਦੇ ਮੁੰਡੇ ਹੈਗੇ ਆ, ਤਿੰਨ ਮੁੰਡੇ ਆ ਜਿਹੜਾ ਕਿ ਨਜਾਇਜ਼ ਅਸਲਾ ਲੈ ਕੇ ਘੁੰਮਦੇ ਪਏ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ। ਉਹ ਸੀਕਰਟ ਇਨਫੋਰਮੇਸ਼ਨ ਦੇ ਉੱਤੇ ਹੀ GT ਰੋਡ ਦੇ ਉੱਤੇ ਇੱਕ ਨਾਕਾ ਲਾਇਆ ਗਿਆ। ਨਾਕੇ ਦੇ ਦੌਰਾਨ ਜਦੋਂ ਇੱਕ ਜਿਹੜੀ ਗੱਡੀ ਸੀ ਬਰੀਜ਼ਾ ਗੱਡੀ, ਉਹ ਮੰਡੀ ਗੋਬਿੰਦਗੜ੍ਹ ਵੱਲੋਂ ਆ ਰਹੀ ਸੀਗੀ ਅਤੇ ਉਹਨੂੰ ਹੱਥ ਦਿੱਤਾ ਗਿਆ। ਹੱਥ ਦੇਖ ਕੇ ਜਦੋਂ ਚੈਕਿੰਗ ਕੀਤੀ ਗਈ, ਉਹ 'ਚੋਂ ਦੋ ਬੰਦੇ ਜਿਹੜੇ ਆਲਰੇਡੀ ਸਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਹਨਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਹਨਾਂ ਕੋਲ ਦੋ ਪਿਸਟਲ ਸਾਨੂੰ ਰਿਕਵਰ ਹੋਏ। ਕਿੱਥੋਂ ਦੇ ਹੈਗੇ ਨੇ ਜਿਹੜੇ ਫੜੇ ਗਏ ਨੇ? ਦੋਨੋਂ ਹੀ ਬੰਦੇ ਜਿਹੜੇ ਹੈਗੇ ਆ ਉਹ ਲੋਕਲ ਇੱਥੇ ਦੇ ਹੈਗੇ ਆ, ਆਪਣੇ ਖਾਨੇ ਦੇ ਹੈਗੇ ਆ। ਇੱਕ ਦਾ ਨਾਮ ਹੈਗਾ ਧੀਰਜ ਬੱਤਾ ਅਤੇ ਦੂਜਾ ਹੈਗਾ ਆਪਣਾ ਗੁਰਪ੍ਰੀਤ ਸਿੰਘ ਲਾਡੀ। ਦੋਨਾਂ ਦੇ ਉੱਤੇ ਕਾਫੀ ਮੁਕੱਦਮੇ ਹੈਗੇ ਆ। ਜਿਹੜਾ ਧੀਰਜ ਬੱਤਾ ਹੈਗਾ ਉਹ 'ਤੇ ਤਕਰੀਬਨ 13 ਮੁਕੱਦਮੇ ਹੈਗੇ ਆ ਅਤੇ ਜਿਹੜਾ ਲਾਡੀ ਹੈਗਾ ਉਹ 'ਤੇ ਤਕਰੀਬਨ 20 ਮੁਕੱਦਮੇ ਆ। ਆਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਕਿਸੇ UP ਦਾ ਇੱਕ ਬੰਦਾ ਹੈਗਾ ਜਿੱਥੋਂ ਇਹਨਾਂ ਨੇ ਖਰੀਦੇ ਸੀ ਕੁਛ ਸਾਲ ਪਹਿਲਾਂ। ਉਹਦੇ ਵਿੱਚ ਤਕਰੀਬਨ ਆਹ 6 ਵੈਪਨ ਲੈ ਕੇ ਆਏ ਸੀਗੇ ਜਿਹੜੇ ਕਿ 2018 'ਤੇ ਦੋਨਾਂ 'ਤੇ ਇੱਕ ਇੱਕ ਮੁਕੱਦਮਾ ਦਰਜ ਹੋਇਆ ਹੋਇਆ, ਜਿਸ 'ਚ ਇਹਨਾਂ ਤੋਂ ਨਜਾਇਜ਼ ਅਸਲਾ ਪਹਿਲਾਂ ਵੀ ਫੜਿਆ ਗਿਆ ਸੀ। 2 ਅਸਲੇ ਤਾਂ ਪਹਿਲਾਂ ਫੜੇ ਜਾ ਚੁੱਕੇ ਇਹਨਾਂ ਕੋਲੋਂ ਅਤੇ 3 ਅਸਲੇ ਹੁਣ ਅਸੀਂ ਫੜੇ ਹੈ ਅਤੇ ਇੱਕ ਜਿਹੜਾ ਅਸਲਾ ਜਿਹੜਾ ਇੱਕ ਤੀਜਾ ਜਿਹੜਾ ਸਾਥੀ ਜਿਹੜਾ ਭੱਜਿਆ ਹੋਇਆ ਉਹਦੇ ਕੋਈ ਕਸਰਾ ਹੈਗਾ। ਦੱਸੇ ਵੀ ਕਿੱਥੋਂ ਲੈ ਕੇ ਆਏ ਸੀ, ਕੀ ਹੈਗਾ ਕੀ ਮਕਸਦ ਸੀ? ਜੀ ਮੇਰੇ ਤੋਂ ਲੈ ਕੇ ਆਏ ਸੀਗੇ। ਇਹਨਾਂ 'ਤੇ ਪਹਿਲਾਂ ਵੀ ਲੜਾਈਆਂ ਦੇ ਝਗੜਿਆਂ ਦੇ ਬਹੁਤ ਮਸਲੇ, ਇਹਨਾਂ 'ਤੇ ਆਲਰੇਡੀ ਇਹਨਾਂ 'ਤੇ ਜਿਹੜੇ ਹੈਗੇ ਆ FIRs ਦਰਜ ਹੈਗੀ ਆ ਅਤੇ ਆ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ। ਇਸ ਲਈ ਇਹਨਾਂ ਲਈ ਸਾਨੂੰ ਇਨਫੋਰਮੇਸ਼ਨ ਆਈ ਸੀ ਅਤੇ ਉਹਦੇ 'ਚ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਆ ਅਤੇ ਫਰਦਰ ਇੰਟਰੋਗੇਸ਼ਨ ਪਰ ਚਲੇ ਗਏ ਕਿ ਇਹਨਾਂ ਨੇ ਕਿੱਥੇ ਯੂਜ਼ ਕਰੇ ਸੀ। ਕਿਹੜਾ ਅਸਲਾ ਫੜਿਆ ਗਿਆ, ਕਿਹੜਾ ਕਿਹੜਾ ਅਸਲਾ ਕੀ ਹੈ? ਇਹਦੇ ਵਿੱਚ ਜੀ 2 ਪਿਸਟਲ ਹੈਗੇ ਆ ਜਿਹੜੇ 30 ਬੋਰ ਦੇ ਆ, ਸੋਰੀ ਆਪਣੇ 32 ਬੋਰ ਦੇ ਆ, ਅਤੇ 1 ਪਿਸਟਲ ਹੈਗਾ 30 ਬੋਰ ਦਾ ਹੈਗਾ ਅਤੇ 36 ਰਾਊਂਡ ਹੈਗੇ ਆ ਅਤੇ 5 ਮੈਗਜ਼ੀਨ ਜਿਹੜੇ ਹੈਗੇ ਇਹਨਾਂ ਤੋਂ ਬਰਾਮਦ ਕੀਤੇ ਆ। ਸਰ ਕਿਸ ਗੱਡੀ 'ਚ, ਕਿਹੜੀ ਗੱਡੀ ਜਾ ਰਹੇ ਸੀਗੇ? ਆਹ ਬਰੀਜ਼ਾ ਗੱਡੀ ਸੀਗੀ ਜਿਹੜੀ ਕਿ ਆਪਣੇ ਆਹ ਲਾਡੀ ਦੀ ਗੱਡੀ ਹੈਗੀ ਆ ਬਰੀਜ਼ਾ, ਉਹਦੇ 'ਚ ਆਹ ਟਰੈਵਲ ਕਰ ਰਹੇ ਸੀਗੇ, ਗੋਬਿੰਦਗੜ੍ਹ ਤੋਂ ਇੱਧਰ ਨੂੰ ਆ ਰਹੇ ਸੀਗੇ। ਇਹਨਾਂ ਅੱਗੇ ਕਿੱਥੇ ਜਾਣਾ ਸੀ ਸਰ? ਨਹੀਂ ਲੋਕਲ ਰਹਿਣ ਵਾਲੇ ਇੱਥੇ ਦੇ ਹੈਗੇ, ਖੱਡੇ ਦੇ ਰਹਿਣ ਵਾਲੇ ਹੈਗੇ ਆ। ਔਰ 2 ਬੰਦੇ ਅਸੀਂ ਕਾਬੂ ਕਰ ਲਏ ਹੈਗੇ ਆ, ਤੀਜਾ ਪ੍ਰਿੰਸ ਜਿਹੜਾ ਹੈਗਾ ਆਲਰੇਡੀ ਸਾਨੂੰ NTPS ਉਹ ਲੜਿੰਦਾ ਹੈਗਾ, ਉਹ ਭੱਜਿਆ ਹੈਗਾ, ਉਹ ਵੀ ਜਦ ਕਾਬੂ ਕੀਤਾ ਜਾਊਗਾ। ਸਰ ਖੰਡੇ ਕੋਈ ਹੋਰ ਕਨੈਕਸ਼ਨ ਆਇਆ ਜੀ ਇਹਦਾ ਕਿਸੇ ਨਾਲ? ਪੋਲੀਟੀਕਲ ਕਨੈਕਸ਼ਨ ਸਰ ਕੋਈ ਨਹੀਂ, ਪੋਲੀਟੀਕਲ ਕਨੈਕਸ਼ਨ ਵਾਲੀ ਕੋਈ ਇਹਦੀ ਕੋਈ ਗੱਲ ਨਜ਼ਰ ਨਹੀਂ ਆਈ ਹੈ। ਪਿਛਲੇ 2 ਸਾਲ ਪਹਿਲਾਂ ਹੀ ਇਹਨਾਂ ਦੇ ਇੱਕ 2018 ਦੇ ਵਿੱਚ ਇੱਥੇ 18 ਲੱਖ ਦੀ ਇੱਕ ਖੋਹ ਹੋਈ ਸੀਗੀ, ਉਹ ਜਿਹੜੀ ਉਹ ਸੁਰਿੰਦਰ ਕੀ ਸੰਦੀਪ ਬੋਕਸਰ, ਸੰਦੀਪ ਬੋਕਸਰ ਜਿਹੜਾ ਫੜਿਆ ਗਿਆ ਸੀਗਾ, ਉਹ ਜਿਹੜਾ ਵੈਪਨ ਸੀਗਾ ਉਹ ਵੀ ਧੀਰਜ ਨੇ ਹੀ ਉਹਨੂੰ ਦਿੱਤਾ ਸੀ, ਜਿਹੜਾ ਕਿ ਉੱਥੋਂ ਵੈਪਨ ਆਹ ਲੈ ਕੇ ਆਏ ਸੀ UP ਤੋਂ ਲੈ ਕੇ ਆਏ ਸੀਗੇ, ਉਹ ਵੈਪਨ ਵੀ ਇਹਨਾਂ ਨੇ ਉਹਨੂੰ ਦਿੱਤਾ ਜਿਹੜਾ ਉੱਥੇ ਉਹ ਯੂਜ਼ ਹੋਇਆ ਸੀਗਾ। ਸੋ ਆਹ ਟੋਟਲ 6 ਵੈਪਨ ਲੈ ਕੇ ਆਏ ਸੀਗੇ। ਸੋ ਆਹ 6 ਵੈਪਨਾਂ 'ਚੋਂ ਹੁਣ ਅਸੀਂ 3 ਹੁਣ ਰਿਕਵਰ ਕੀਤੇ ਹਾਂ, 3 ਪਹਿਲਾਂ ਇਹਨਾਂ ਦੇ ਹੋ ਚੁੱਕੇ ਹੈਗੇ। ਸਰ ਕਾਰਤੂਸ ਕਿੰਨੇ? ਕਾਰਤੂਸ ਤੁਹਾਡੇ ਟੋਟਲ 36 ਕਾਰਤੂਸ ਹੈ ਜੀ, 36 ਕਾਰਤੂਸ ਅਤੇ ਨਾਲ 5 ਮੈਗਜ਼ੀਨ ਜਿਹੜੇ ਸੀ ਰਿਕਵਰ ਕੀਤੇ ਇਹਨਾਂ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ,
ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀ ਰਾਮ ਜੀ, ਅੱਜ ਹੀ ਫੋਨ ਕਰੋ